लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। जाने गीत है, ये तो ब्रह्म विचार, ये तो ब्रह्म विचार, लोग जाने गीत है, लोग जाने गीत है, लोग जाने गीत है। खालसा वाहिगुरु जी की फतेह। अंग है 209 गौड़ी महला पंजवां, तुम हर सेती राते संतो। गौड़ी महला पंजवां, तुम हर सेती राते संतो, नवा लियो मोको पुरख बधाते, ओड़ पचावो दाते, रहाओ तुमरा मर्म तुमा ही जानिया, तुम पूर्ण पुरख बधाते, राखो शरण अनाथ दीन को, करो हमारी गाते, तरन सागर बोहित चरण तुम्हारे, चरण सागर बोहित चरण तुम्हारे, तुम जानो अपनी पाते, तुम जानो अपनी पाते, कर कृपा जिस राखो संगे, कर कृपा जिस राखो संगे, ते पार पराते, ईत ऊत प्रभ तुम समरथा, सब किस तुमरे हाथे, ऐसा निदान दियो मौको, हर जन चले हमारे साथे, निर्गुण आरे को गुण कीजै, हर नाम मेरा मन जापे, हर नाम
ਮੇਰਾ ਮਨ ਜਾਪੇ। ਸੰਤ ਪ੍ਰਸਾਦ ਨਾਨਕ ਹਰ ਭੇਟੇ, ਸੰਤ ਪ੍ਰਸਾਦ ਨਾਨਕ ਹਰ ਭੇਟੇ। ਮਨ ਤਨ ਸੀਤਲ ਧਰਾਪੇ, ਮਨ ਤਨ ਸੀਤਲ ਧਰਾਪੇ। ਗੌੜੀ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਗੁਰੂ ਨੂੰ ਸਨਮੁੱਖ ਹੋ ਕੇ, ਕਿਉਂਕਿ ਸੰਤ ਸ਼ਬਦ ਸਾਧ ਸੰਗਤ ਲਈ ਵੀ ਹੈ, ਸੰਤ ਸ਼ਬਦ ਗੁਰੂ ਲਈ ਵੀ ਹੈ, ਸੰਤ ਸ਼ਬਦ ਪਰਮਾਤਮਾ ਲਈ ਵੀ ਮਹਾਰਾਜ ਨੇ ਵਰਤਿਆ। ਤੁਮ ਹਰ ਸੇਤੀ ਰਾਤੇ ਸੰਤੋ। ਐ ਗੁਰੂ ਜੀ, ਐ ਗੁਰੂ ਕੇ ਪਿਆਰੇ, ਉਹ ਦੋਵਾਂ ਨੂੰ ਸੰਬੰਧਿਤ ਹੋ ਕੇ ਮਹਾਰਾਜ ਕਹਿੰਦੇ ਕਿ ਤੁਸੀਂ ਉਸ ਪ੍ਰਭੂ ਨਾਲ, ਉਸ ਪਿਆਰੇ ਨਾਲ ਰੱਤੇ ਹੋਏ ਹੋ, ਭਿੱਜੇ ਹੋਏ ਹੋ। ਨਿਵਾਹੇ ਲਿਹੋ ਮੋਕੋ ਪੁਰਖ ਵਿਧਾਤੇ। ਹੇ ਪੁਰਖ ਵਿਧਾਤੇ, ਭਾਵ ਸਾਡੀ ਆਪਣੇ ਨਾਲ ਨਿਭਾ ਲਵੋ। ਨਿਭ ਜਾਣੀ ਹੁੰਦੀ ਹੈ ਕਿ ਸਾਡੀ ਆਪਣੇ ਨਾਲ ਜੋ ਕੀਤੀ ਹੋਈ ਸ਼ਿਕਸ਼ਾ ਹੈ, ਦਿੱਤੀ ਹੋਈ ਤੁਹਾਡੀ, ਅਸੀਂ ਤੁਹਾਡੀ ਸ਼ਿਕਸ਼ਾ ਅਤੇ ਅਸੀਂ ਤੁਹਾਡੇ ਦਿੱਤੇ ਹੋਏ ਉਪਦੇਸ਼ ਨੂੰ ਚੱਲ ਪਈਏ ਉਹਦੇ 'ਤੇ। ਤੁਸੀਂ ਆਪ ਨਿਭਾ ਲਵੋ, ਕਿਰਪਾ ਕਰੋ, ਬਣ ਆਵੇ ਸਾਡੀ ਤੁਹਾਡੇ ਨਾਲ। ਆਪਾਂ ਕਹਿੰਦੇ ਹਾਂ ਕਿ ਸਾਡੀ ਤਾਂ ਉਹਦੇ ਨਾਲ ਨਿਭੀ ਨਹੀਂ, ਬਣੀ ਨਹੀਂ ਗੱਲ, ਭਾਵ ਤੁਸੀਂ ਆਪ ਕਿਰਪਾ ਕਰੋ ਸਾਡੇ 'ਤੇ। ਨਿਵਾਹੇ ਲਿਹੋ ਮੋਕੋ ਪੁਰਖ ਵਿਧਾਤੇ। ਹੇ ਪ੍ਰਭੂ, ਤੁਸੀਂ ਪਰਮਾਤਮਾ ਨਾਲ ਜੁੜੇ ਹੋਏ 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 ਗੁਰੂ ਜੀ, ਵਿਧਾਤੇ ਹੋ, ਸਾਰੀ ਵਿਧੀਆਂ ਜਾਣਨ ਵਾਲੇ ਹੋ, ਕਿ ਭਾਵੇਂ ਅਸੀਂ ਔਗਣੇ ਆ ਰਹਾਂ, ਤੁਸੀਂ ਗੁਣਾਂ ਨਾਲ ਪ੍ਰਫੁੱਲਿਤ ਹੋ, ਸਾਡੀ ਤੁਹਾਡੇ ਨਾਲ ਕਿਵੇਂ ਨਵੇ, ਇਹ ਤੁਸੀਂ ਆਪ ਜਾਣਦੇ ਹੋ, ਕਿਉਂਕਿ ਤੁਸੀਂ ਪੁਰਖ ਵਿਧਾਤਾ ਹੋ, ਐਸੀ ਹਸਤੀ ਹੋ ਜਿਹੜੀਆਂ ਸਾਰੀਆਂ ਵਿਧੀਆਂ ਜਾਣਦੇ ਹੋ। ਓੜ ਪਹੁੰਚਾਵੋ ਦਾਤੇ। ਹੇ ਪ੍ਰਭੂ, ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਈਏ। ਤੁਸੀਂ ਦਾਤੇ ਹੋ, ਦਾਤਾਂ ਦੇਣ ਵਾਲੇ ਹੋ, ਦਾਤਾਰ ਹੋ। ਹੇ ਗੁਰੂ ਨੂੰ ਸੰਬੋਧਨ ਹੋ ਕੇ ਪੰਚਮ ਪਾਤਸ਼ਾਹ ਮਹਾਰਾਜ ਗੁਰੂ ਅੱਗੇ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀਓ, ਤੁਸੀਂ ਕਿਰਪਾ ਕਰੋ ਸਾਡੇ 'ਤੇ, ਤੁਸੀਂ ਸਾਡੇ ਨਾਲ ਨਿਭਾ ਦਿਓ, ਸਾਨੂੰ ਓੜ ਪਹੁੰਚਾ ਦਿਓ, ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਈਏ ਜਿਸ ਲਈ ਅਸੀਂ ਸੰਸਾਰ 'ਤੇ ਆਏ ਹਾਂ। ਰਹਾਉ ਤੁਮਰਾ ਮਰਮ ਤੁਮਾਹੀ ਜਾਣਿਆ, ਤੁਮ ਪੂਰਨ ਪੁਰਖ ਵਿਧਾਤੇ। ਹੁਣ ਤੁਹਾਡਾ ਭੇਦ ਤੁਸੀਂ ਆਪ ਹੀ ਜਾਣਦੇ ਹੋ, ਮਰਮ ਭੇਦ, ਅਸੀਂ ਤੁਹਾਡਾ ਭੇਦ ਨਹੀਂ ਜਾਣ ਸਕੇ, ਸਾਡੀ ਮਤ ਥੋੜ੍ਹੀ ਹੈ, ਇਸ ਕਰਕੇ ਤੁਮਰਾ ਮਰਮ ਤੁਮਾਹੀ ਜਾਣਿਆ। ਤੁਮ ਪੂਰਨ, ਤੁਸੀਂ ਪੂਰਨ ਹੋ, ਪੁਰਖ ਹੋ, ਵਿਧਾਤੇ ਹੋ, ਸਾਰੀਆਂ ਵਿਧੀਆਂ ਨੂੰ ਜਾਣਨ ਵਾਲੇ ਹੋ। ਰਾਖੋ ਸ਼ਰਨ ਅਨਾਥ ਦੀਨ ਕੋ, ਕਰੋ ਹਮਾਰੀ ਗਾਤੇ। ਅਸੀਂ ਤਾਂ ਅਨਾਥ ਹਾਂ, ਦੀਨ ਹਾਂ, ਨਿਮਾਣੇ ਹਾਂ, ਤੇਰੀ ਸ਼ਰਨ ਵਿੱਚ ਆਏ ਹਾਂ, ਰੱਖ ਲਓ, ਸਾਡੀ ਗਤੀ ਕਰ ਦਿਓ। ਗਤੀ ਕਰਨ ਤੋਂ ਭਾਵ ਹੁੰਦਾ ਸਾਡੀ ਬੰਦ ਖਲਾਸੀ ਹੋ ਜਾਏ। ਗਤੀ ਕਰਾਉਣਾ, ਗਤੀ ਕਰਨਾ ਕਿਹਨੂੰ ਕਹਿੰਦੇ ਨੇ ਵੈਸੇ? ਮੁਕਤ ਹੋ ਜਾਣਾ, ਜਿਉਂਦੇ ਜੀ, ਮਰਨ ਤੋਂ ਬਾਅਦ ਜਿਹੜੀ ਭੇਵੇ ਜਾ ਕੇ ਗਤੀ ਕਰਾਉਣੀ, ਉਹਦੀ ਗਤੀ ਨਹੀਂ ਗੱਲ ਹੋ ਰਹੀ ਹੈ, ਇਹ ਗਤੀ ਹੈ ਜਿਉਂਦੇ ਜੀ, ਸਾਡੀ ਬੰਧ ਖਲਾਸੀ, ਭਾਵ ਇਹਨਾਂ ਵਿਕਾਰਾਂ ਤੋਂ, ਇਸ ਹਉਮੈ ਤੋਂ, ਇਸ ਅਹੰਕਾਰ ਤੋਂ, ਇਸ ਈਰਖਾ ਤੋਂ, ਇਸ ਮੋਹ ਤੋਂ, ਇਸ ਮਾਇਆ ਤੋਂ, ਤੁਸੀਂ ਸਾਡੀ
ਗਤੀ ਕਰ ਦਿਓ, ਸਾਡੀ ਬੰਧ ਖਲਾਸੀ ਹੋ ਜਾਏ। ਰਾਖੋ ਸ਼ਰਨ ਅਨਾਥ ਦੀਨ ਕੋ, ਕਰੋ ਹਮਾਰੀ ਗਾਤੇ, ਤਰਨ ਸਾਗਰ ਬੋਹਿਤ ਚਰਨ ਤੁਮਾਰੇ, ਤੁਮ ਜਾਨੋ ਆਪਣੀ ਪਾਤੇ। ਹੇ ਪ੍ਰਭੂ, ਹੇ ਵਾਹਿਗੁਰੂ, ਹੇ ਅਕਾਲ ਪੁਰਖ ਜੀਓ, ਜਿਹੜੇ ਤੇਰੇ ਚਰਨ ਨੇ ਉਹ ਬੋਹਿਤ ਦੀ ਤਰ੍ਹਾਂ ਨੇ, ਜਹਾਜ਼ ਦੀ ਤਰ੍ਹਾਂ ਨੇ ਇਹ ਸੰਸਾਰ ਦੇ ਵਿੱਚ। ਤੁਸੀਂ ਕਿਰਪਾ ਕਰੋ, ਤਰਨ ਸਾਗਰ, ਇਹ ਸੰਸਾਰ ਸਾਗਰ ਨੂੰ ਤਰਨ ਵਾਸਤੇ ਤੁਹਾਡਾ ਮਾਰਗ ਜਿਹੜਾ ਹੈ ਉਹ ਇੱਕ ਬੋਹਿਤ ਦੀ ਤਰ੍ਹਾਂ ਹੈ। ਬੋਹਿਤ ਕਹਿੰਦੇ ਨੇ ਸ਼ਿਪ ਨੂੰ, ਜਹਾਜ਼ ਨੂੰ। ਤੁਮ ਜਾਣੋ ਆਪਣੀ ਭਾਂਤੇ, ਤੁਸੀਂ ਆਪਣੇ ਤਰੀਕਿਆਂ ਨੂੰ, ਆਪਣੇ ਭਾਂਤਾਂ ਨੂੰ, ਆਪਣੀ ਇਸ ਮਰਿਆਦਾ ਨੂੰ, ਆਪਣੀ ਰੀਤ ਨੂੰ ਤੁਸੀਂ ਆਪ ਹੀ ਜਾਣਦੇ ਹੋ। ਕਰ ਕਿਰਪਾ ਜਿਸ ਰਾਖੋ ਸੰਗੇ, ਤੇ ਪਾਰ ਪੁਰਾਤੇ। ਹੇ ਪ੍ਰਭੂ, ਜਿਹਨੇ ਉੱਤੇ ਤੁਸੀਂ ਕਿਰਪਾ ਕਰਦੇ ਹੋ, ਜਿਹਨੂੰ ਆਪਣੇ ਸੰਗ ਰੱਖ ਲੈਂਦੇ ਹੋ, ਜਿਹਨੂੰ ਆਪਣਾ ਸੰਗ ਦੇ ਦਿੰਦੇ ਹੋ, ਸਾਥ ਦੇ ਦਿੰਦੇ ਹੋ, ਤੇ ਉਹ ਹੀ ਇਹ ਸੰਸਾਰ ਸਾਗਰ ਤੋਂ ਪਾਰ ਹੋ ਗਏ। ਈਤ ਊਤ ਪ੍ਰਭ ਤੁਮ ਸਮਰੱਥਾ, ਸਭ ਕੁਛ ਤੁਮ ਰਹਿ ਹਾਥੇ। ਹੇ ਪ੍ਰਭੂ, ਇੱਥੇ ਵੀ, ਲੋਕ ਵਿੱਚ ਵੀ ਅਤੇ ਪ੍ਰਲੋਕ ਵਿੱਚ ਵੀ ਤੁਸੀਂ ਸਹਾਇਤਾ ਕਰਨ ਵਾਲੇ ਹੋ, ਤੁਹਾਡੇ ਵਿੱਚ ਇਹ ਸਮਰੱਥਾ ਹੈ। ਈਤ ਊਤ ਪ੍ਰਭ ਤੁਮ ਸਮਰੱਥਾ, ਸਭ ਕੁਛ ਤੁਮ ਰਹਿ ਹਾਥੇ, ਐਸਾ ਨਿਧਾਨ ਦੇ ਮੋਕੋ, ਐਸਾ ਨਿਧਾਨ ਦੇਹੋ ਮੋਕੋ। ਨਿਧਾਨ ਹੁੰਦਾ ਖਜ਼ਾਨਾ। ਹੇ ਪ੍ਰਭੂ, ਸਾਡੇ 'ਤੇ ਕਿਰਪਾ ਕਰੋ, ਇਹੋ ਜਿਹਾ ਖਜ਼ਾਨਾ, ਇਨਾਮ ਰੂਪੀ ਖਜ਼ਾਨਾ, ਨਿਧਾਨ। ਨੰਨੇ ਥੱਲੇ ਔਂਕੜ ਵਿਸ਼ੇਸ਼ਣ ਦਿੱਤਾ ਕਿ ਦੁਨੀਆਂ ਦੇ ਖਜ਼ਾਨਿਆਂ ਦੀ ਗੱਲ ਨਹੀਂ ਹੋ ਰਹੀ, ਇਹ ਨਾਮ ਰੂਪੀ ਖਜ਼ਾਨੇ ਦੀ ਗੱਲ ਹੈ। ਐਸਾ ਨਿਧਾਨ ਦੇਹੋ ਮੋਕੋ, ਹਰ ਜਨ ਚੱਲੈ ਤੁਮਾਰੈ ਸਾਥੇ। ਇਸ ਕਰਕੇ ਜਿਹੜਾ ਹਰੀ ਦਾ ਪਿਆਰਾ ਜਨ ਹੈ, ਹਰ ਜਨ ਚੱਲੈ ਹਮਾਰੈ ਸਾਥੇ, ਜਿਹੜੇ ਹਰੀ ਦੇ ਪਿਆਰੇ ਨੇ ਉਹ ਸਾਡੇ ਸਾਥ ਚੱਲਣ, ਭਾਵ ਸਾਨੂੰ ਉਹਨਾਂ ਦਾ ਸੰਗ ਮਿਲ ਜਾਏ ਜਿਹੜੇ ਤੇਰੇ ਗੁਰਮੁਖ ਪਿਆਰੇ ਨੇ। ਚੱਲੈ ਤੋਂ ਭਾਵ ਨਹੀਂ ਇੱਥੇ ਚੱਲੈ ਹਮਾਰੈ ਸਾਥੇ, ਸਾਡੇ ਨਾਲ ਚੱਲਣ। ਨਿਰਗੁਣ ਯਾਰੇ ਕੋ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ। ਹੇ ਪ੍ਰਭੂ, ਸਾਡੇ 'ਚ ਗੁਣ ਤਾਂ ਕੋਈ ਨਹੀਂ, ਅਸੀਂ ਨਿਰਗੁਣ ਆ ਰਹੇ ਹਾਂ, ਕੋਈ ਗੁਣ ਨਹੀਂ ਸਾਡੇ 'ਚ। ਇਹ ਗੁਣ ਪੈਦਾ ਕਰ, ਇਹ ਕਿਰਪਾ ਕਰ ਸਾਡੇ, ਕਿਉਂਕਿ ਤੂੰ ਗੁਣੀ ਨਿਦਾਨ ਹੈ। ਹਰ ਨਾਮ ਮੇਰਾ ਮਨ ਜਾਪੇ, ਬਸ ਮੇਰਾ ਮਨ ਹਰੀ ਦੇ ਨਾਮ ਨੂੰ ਜਪਦਾ ਰਹੇ, ਇਹ ਗੁਣ ਸਾਡੇ ਵਿੱਚ ਪੈਦਾ ਕਰ। ਤੂੰ ਤਾਂ ਖਜ਼ਾਨੇ ਦਾ ਮਾਲਕ ਹੈ ਇਸ ਨਾਮ ਦੇ ਦਾ। ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਧਰਾਪੇ। ਸੰਤ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਨਾਨਕ ਹਰ ਭੇਟੇ, ਪੰਜਵੇਂ ਨਾਨਕ ਪਾਤਸ਼ਾਹ ਕਹਿੰਦੇ ਸਾਨੂੰ ਉਹ ਪਰਮਾਤਮਾ ਨੂੰ ਮਿਲੇ, ਗੁਰੂ ਨੇ ਕਿਰਪਾ ਕੀਤੀ। ਮਨ ਤਨ, ਮਨ ਵੀ ਅਤੇ ਤਨ ਵੀ ਸੀਤਲ, ਠੰਡਾ ਹੋ ਗਿਆ, ਧਰਾਪੇ, ਰੱਜ ਗਿਆ। ਹੁਣ ਕਿਸੇ ਕਿਸਮ ਦੀ ਕੋਈ ਅੰਦਰ ਭੁੱਖ ਨਾ ਰਹੀ, ਅੰਦਰੋਂ ਪਿਆਸ ਨਾ ਰਹੀ, ਤ੍ਰਿਸ਼ਨਾ ਨਾ ਰਹੀ। ਹੁਣ ਇਹ ਮਨ ਠੰਡਾ ਹੈ, ਇਹ ਮਨ ਸ਼ੀਤਲ ਹੈ, ਹੁਣ ਤ੍ਰਿਸ਼ਨਾਵਾਂ ਦੀ ਅੱਗ ਅੰਦਰ ਨਹੀਂ ਜਲਦੀ। ਹਾਂਜੀ, ਗੌੜੀ ਮਹੱਲਾ ਪੰਜਵਾਂ।
ਪੰਚਮ ਪਾਤਸ਼ਾਹ ਇਸ ਸ਼ਬਦ ਵਿੱਚ ਸਹਿਜ ਅਵਸਥਾ ਦੀ ਗੱਲ ਕਰਦੇ ਨੇ, ਜਿਹਨੂੰ ਅਸੀਂ ਦਸਮ ਦੁਆਰ ਕਹਿੰਦੇ ਹਾਂ, ਚੌਥਾ ਪਦ ਕਹਿੰਦੇ ਹਾਂ, ਨਿੱਜ ਘਰ ਕਹਿੰਦੇ ਹਾਂ। ਆਮ ਕਰਕੇ ਮਨੌਤ ਦੀਆਂ ਮੰਨਾਂ ਜੀ ਦਸਮ ਦੁਆਰ ਦੇ ਵਿੱਚ ਸੁਰਤੀ ਚੜ੍ਹ ਜਾਂਦੀ, ਉੱਪਰ ਉੱਠ ਖੜਦਾ ਬੰਦਾ, ਆਹ ਹੋ ਜਾਂਦਾ, ਉਹ ਹੋ ਜਾਂਦਾ, ਕੁਝ ਵੀ ਨਹੀਂ ਹੁੰਦਾ ਜੀ। ਇਹ ਸਾਰਾ ਕੁਝ ਮਨੋਕਲਪਿਤ ਹੈ। ਇੱਥੇ ਮਹਾਰਾਜ ਸਹਿਜ ਅਵਸਥਾ ਦੀ ਗੱਲ ਕਰਦੇ ਨੇ ਕਿ ਸਹਿਜ ਅਵਸਥਾ 'ਚ ਮਨ ਦੀ ਅਵਸਥਾ ਕੀ ਹੋ ਜਾਂਦੀ ਹੈ। ਗੌੜੀ ਮਹੱਲਾ ਪੰਜਵਾਂ, ਸਹਿਜ ਸਮਾਇਓ ਦੇਵ, ਮੌਕੋ ਸਤਿਗੁਰ ਭਏ ਦਇਆਲ ਦੇਵ। ਰਹਾਓ ਦੀ ਇਸ ਪੰਕਤੀ ਵਿੱਚ ਪੰਚਮ ਪਾਤਸ਼ਾਹ ਨੇ ਸਪਸ਼ਟ ਕੀਤਾ ਕਿ ਮੈਨੂੰ ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਮੇਰੇ 'ਤੇ ਦਇਆ ਕੀਤੀ, ਹੁਣ ਇਹ ਮਨ ਜਿਹੜਾ ਹੈ ਸਹਿਜ ਸਮਾਇਓ ਦੇਵ, ਕਿ ਹੁਣ ਮੈਂ ਅਸਲੀ ਗਿਆਨ ਦੀ ਅਵਸਥਾ ਵਿੱਚ ਪਹੁੰਚ ਗਿਆ ਹਾਂ, ਸਹਿਜ ਅਵਸਥਾ ਵਿੱਚ ਪਹੁੰਚ ਗਿਆ ਹਾਂ। ਗੁਰੂ ਨੇ ਕਿਰਪਾ ਕੀਤੀ, ਦਇਆ ਕੀਤੀ, ਗੁਰੂ ਦਇਆ ਦੇ ਘਰ ਵਿੱਚ ਆਏ ਅਤੇ ਗੁਰੂ ਦੀ ਬਖਸ਼ਿਸ਼ ਨਾਲ ਮੈਂ ਉਸ ਅਵਸਥਾ 'ਤੇ ਪਹੁੰਚਿਆ। ਰਹਾਉ ਦੀ ਪੰਕਤੀ ਹੈ, ਇਹਦੇ ਵਿੱਚ ਮਹਾਰਾਜ ਨੇ ਫਿਰ ਪੂਰਨ ਤੌਰ 'ਤੇ ਖੋਲ੍ਹਿਆ ਗੱਲ ਨੂੰ। ਕਾਟ ਜੇਵਰੀ ਕੀਓ ਦਾਸਰੋ, ਸੰਤਨ ਟਹਿਲਾਇਓ। ਪਹਿਲੀ ਗੱਲ, ਕਾਟ ਜੇਵਰੀ, ਸਾਡੇ ਜੇਵਰੀ ਤੋਂ ਭਾਵ ਰੱਸੀ ਕਿਹੜੀ ਹੈ ਗਲ 'ਚ ਪਈ? ਮੋਹ ਅਤੇ ਮਾਇਆ ਦੀ। ਗੁਰੂ ਨੇ ਇਹ ਮੋਹ ਮਾਇਆ ਤੋਂ ਖੁਲਾਸੀ ਕਰ ਦਿੱਤੀ ਸਾਡੀ। ਕਾਟ ਜੇਵਰੀ ਕੀਓ ਦਾਸਰੋ, ਆਪਣਾ ਦਾਸਰਾ ਬਣਾ ਲਿਆ, ਭਾਵ ਨਿਮਰਤਾ ਆ ਗਈ। ਸੰਤਨ ਟਹਿਲਾਇਓ, ਅਤੇ ਮੈਂ ਸਾਧ ਸੰਗ ਵਿੱਚ ਆ ਕੇ ਉਹਨਾਂ ਗੁਰਮੁਖ ਪਿਆਰਿਆਂ ਦੀ ਟਹਿਲ ਵਿੱਚ ਲੱਗ ਗਿਆ, ਸੇਵਾ ਵਿੱਚ ਲੱਗ ਗਿਆ, ਆਪਣੇ ਮਾਨ ਨੂੰ ਤਿਆਗ ਕੇ, ਆਪਣੇ ਹੰਕਾਰ ਨੂੰ ਛੱਡ ਕੇ। ਏਕ ਨਾਮ ਕੋਥੀਓ ਪੁਜਾਰੀ, ਕਹਿੰਦੇ ਪਹਿਲਾਂ ਥਾਂ ਥਾਂ 'ਤੇ ਧੱਕੇ ਖਾਂਦਾ ਫਿਰਦਾ ਸੀ, ਹੁਣ ਇੱਕ ਦਾ ਪੁਜਾਰੀ ਹੋ ਗਿਆ ਅਕਾਲ ਪੁਰਖ ਦਾ। ਕਹਿੰਦੇ ਬੜੀ ਹੈਰਾਨੀ ਵਾਲੀ ਗੱਲ ਹੋਈ ਕਿ ਉਹ ਸਾਰਿਆਂ 'ਚ ਵਸਦਾ ਨਜ਼ਰ ਆ ਗਿਆ। ਅਚਰਜ ਗੁਰੈ ਦਿਖਾਇਓ, ਕਹਿੰਦੇ ਗੁਰੂ ਨੇ ਸਾਨੂੰ ਹੈਰਾਨੀ ਵਾਲੀ ਗੱਲ ਦਿਖਾ ਦਿੱਤੀ, ਅੰਦਰ ਵਾਪਰ ਗਈ ਕਿ ਥਾਂ ਥਾਂ 'ਤੇ ਜਾਣ ਦੀ ਬਜਾਏ ਮੈਂ ਉਹਨੂੰ ਇੱਕ ਹਰ ਜਗ੍ਹਾ ਸਰਵ ਵਿਆਪਕ ਵੇਖਿਆ, ਘਰ ਵਿੱਚ ਵੀ, ਬਾਹਰ ਵਿੱਚ ਵੀ, ਅੰਦਰ ਵੀ, ਗੁਰਦੁਆਰੇ ਵਿੱਚ ਵੀ, ਮੰਦਰ ਵਿੱਚ ਵੀ, ਮਸੀਤ ਵਿੱਚ ਵੀ, ਉੱਥੇ ਹਰ ਜਗ੍ਹਾ। ਫਿਰ ਥਾਂ ਥਾਂ 'ਤੇ ਕਿਉਂ ਜਾਈਏ ਜੀ? ਘਰੇ ਕਿਉਂ ਨਹੀਂ? ਆਪਣੇ ਹਿਰਦੇ ਵਿੱਚ ਕਿਉਂ ਨਹੀਂ ਖੋਜਿਆ ਪਹਿਲਾਂ? ਕਹਿੰਦੇ ਗੁਰੂ ਨੇ ਅੰਦਰੋਂ ਵਿਖਾ ਦਿੱਤਾ ਮੈਨੂੰ ਸਾਰੀ ਇਹ ਅਚਰਜਤਾ। ਭਇਓ ਪ੍ਰਗਾਸ ਸਰਬ ਉਜਿਆਰਾ, ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਕੋਈ ਲਾਈਟ ਨਹੀਂ, ਸੱਚ ਅਤੇ ਝੂਠ ਦਾ ਗਿਆਨ ਹੋ ਗਿਆ, ਪਤਾ ਲੱਗ ਗਿਆ, ਉਜਿਆਰਾ। ਆਪਾਂ ਕਹਿੰਦੇ ਅੱਖਾਂ ਖੁੱਲ੍ਹ ਗਈਆਂ, ਚਾਨਣ ਹੋ ਗਿਆ। ਆਮ ਕਰਕੇ ਬੱਚਿਆਂ ਨੂੰ ਸਵਾਲ ਆਉਂਦਾ ਕਿ ਇਸ ਚੀਜ਼ ਦੇ ਉੱਪਰ ਚਾਨਣਾ ਪਾਓ, ਸਵਾਲ ਹੁੰਦਾ। ਚਾਨਣਾ ਪਾਉਣ ਤੋਂ ਭਾਵ ਕੀ? ਤੁਸੀਂ ਉਹਦੇ ਬਾਰੇ ਕੀ ਜਾਣਦੇ ਹੋ, ਕਿੰਨਾ ਕੁ ਤੁਹਾਡਾ ਗਿਆਨ ਹੈ? ਭਾਵ ਅੰਦਰ ਗਿਆਨ ਹੋ ਗਿਆ, ਵਧਿਆ ਅੰਦਰ, ਜਦੋਂ ਸੱਚ ਦੇ ਝੂਠ ਦੀ ਪਹਿਚਾਣ ਹੋਈ। ਭਇਓ ਪ੍ਰਗਾਸ ਸਰਬ ਉਜਿਆਰਾ, ਗੁਰ ਗਿਆਨ ਮਨੈ ਪ੍ਰਗਟਾਇਓ। ਗੁਰੂ ਨੇ ਉਸ ਗਿਆਨ ਨੂੰ ਹੁਣ ਮਨੋ ਪ੍ਰਗਟ ਹੋਇਆ ਮਨ 'ਚੋਂ ਅੰਦਰੋਂ। ਦੋ ਤਰ੍ਹਾਂ ਦਾ ਗਿਆਨ ਹੈ, ਇੱਕ ਤਾਂ ਗਿਆਨ ਹੈ ਕਿਤਾਬੀ, ਇੱਕ ਹੈ ਅੰਦਰੋਂ, ਜੋ ਅੰਦਰੋਂ ਸਾਡੇ ਮਨ ਨੇ ਪਕੜ ਕੀਤੀ ਜਿੱਥੇ।
ਇੱਕ ਤਾਂ ਰੱਟੇ ਲੱਗੇ ਹੋਏ ਨੇ, ਦੇਖਾ ਦੇਖੀ ਸਭ ਕਰੇ। ਉਹ ਰੱਟੇ ਲੱਗਣ ਵਾਲੀ ਗੱਲ ਨਹੀਂ, ਜੋ ਅਸੀਂ ਪੜ੍ਹ ਕੇ ਗਏ ਉਹਨੂੰ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਧਾਰਨ ਕੀਤਾ, ਦੇਖਿਆ, ਉਸ ਨਾਮ ਰਸ ਦਾ ਆਨੰਦ ਲਿਆ ਮਨ ਨੇ, ਅਤੇ ਮਨ ਅੰਦਰੋਂ ਜੋ ਫਿਰ ਪ੍ਰਗਟ ਹੋਇਆ, ਕਹਿੰਦੇ ਇਹ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ। ਬਾਣੀ ਨੇ ਗਿਆਨ ਮਨੈ ਪ੍ਰਗਟਾਇਓ, ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ। ਇਹ ਫਿਰ ਨਾਮ ਰੂਪੀ ਅੰਮ੍ਰਿਤ ਪ੍ਰਗਟ ਹੋਇਆ। ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਉਸ ਮਾਰਗ 'ਤੇ ਤੁਰ ਪੈਂਦੇ ਹਾਂ, ਤਾਂ ਉਹ ਚੀਜ਼ ਸਾਡੇ 'ਚੋਂ ਪ੍ਰਗਟ ਹੁੰਦੀ। ਕਾਮ ਸਾਡੇ 'ਚੋਂ ਪ੍ਰਗਟ ਹੁੰਦਾ ਹੈ, ਕ੍ਰੋਧ ਸਾਡੇ ਸਰੀਰ ਵਿੱਚੋਂ ਹੀ ਪ੍ਰਗਟ ਹੁੰਦਾ ਹੈ, ਲੋਭ ਸਾਡੇ ਸਰੀਰ ਵਿੱਚੋਂ ਵੀ ਪ੍ਰਗਟ ਹੁੰਦਾ, ਬਾਹਰੋਂ ਥੋੜ੍ਹੀ ਆਉਂਦੇ ਨੇ। ਇਹ ਨਾਮ ਵੀ ਸਾਡੇ ਸਰੀਰ ਵਿੱਚੋਂ ਹੀ ਪ੍ਰਗਟ ਹੁੰਦਾ ਹੈ, ਸਾਡੇ ਸਰੀਰ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਕਿਸੇ ਚੀਜ਼ ਨੂੰ ਲੁਭਾਉਣੀ ਨੂੰ ਵੇਖ ਕੇ ਅਸੀਂ ਉਹਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋਹਣਾ ਫੁੱਲ ਲੱਗਾ, ਅਸੀਂ ਸੋਚਦੇ ਹਾਂ ਵੀ ਇਹਨੂੰ ਪੁੱਟ ਕੇ ਲੈ ਆਈਏ, ਘਰ ਲਾ ਲਈਏ, ਉੱਥੇ ਲੱਗਾ ਸਾਨੂੰ ਵਧੀਆ ਨਹੀਂ ਲੱਗਦਾ। ਲੋਭ ਹੈ, ਲਾਲਚ ਹੈ ਕਿ ਇਹ ਚੀਜ਼ ਮੇਰੇ ਘਰ ਹੀ ਹੋਣੀ ਚਾਹੀਦੀ। ਨਹੀਂ, ਜਿਸ ਤਰ੍ਹਾਂ ਉਹ ਚੀਜ਼ਾਂ ਸਾਡੇ ਅੰਦਰ ਪ੍ਰਗਟਦੀਆਂ ਨੇ, ਮੈਨੂੰ ਕਿਸੇ ਨੇ ਸਵਾਲ ਕੀਤਾ ਕਿ ਇਸ ਤਰ੍ਹਾਂ ਕਿਵੇਂ ਪ੍ਰਗਟ ਹੋ ਜਾਂਦੀਆਂ ਜੀ। ਕਿਸੇ ਬਹੁਤ ਵਧੀਆ ਪਦਾਰਥ ਨੂੰ ਵੇਖਦੇ ਹਾਂ ਜਿਹਦੇ ਕਿ ਤੁਸੀਂ ਕਮਜ਼ੋਰੀ ਹੋਵੇ, ਕਈ ਬੰਦੇ ਮਿੱਠੇ ਨੂੰ ਵੇਖ ਕੇ, ਕਈ ਬੰਦੇ ਜਲੇਬੀਆਂ ਨੂੰ ਵੇਖ ਕੇ ਮੂੰਹ 'ਚ ਪਾਣੀ ਆ ਜਾਂਦਾ, ਉਹ ਪਾਣੀ ਕਿੱਥੋਂ ਆਉਂਦਾ? ਕਿੱਥੋਂ ਆਉਂਦਾ? ਸਰੀਰ 'ਚੋਂ ਹੀ। ਇਸ ਤਰ੍ਹਾਂ ਨਾਮ ਰਸ ਜਿਹੜਾ ਹੈ, ਜਦੋਂ ਅਸੀਂ ਬਾਣੀ ਦੇ ਮੁਤਾਬਕ ਜਿਉਂ ਇਸ ਮਨ ਤੱਕ ਪਹੁੰਚੇ, ਮਨ ਆਤਮਾ ਤੱਕ ਪਹੁੰਚਿਆ, ਤਾਂ ਇਹ ਰਸ ਪ੍ਰਗਟ ਹੋ ਗਿਆ। ਦਾਸ ਨੇ ਪਹਿਲਾਂ ਵੀ ਦੱਸੀ ਬੇਨਤੀ ਕਿ ਇਹ ਰਸ ਜਿਹੜਾ ਹੈ ਸਾਡੀ ਜੀਭ 'ਤੇ ਹੀ ਪ੍ਰਗਟ ਹੁੰਦਾ ਹੈ। ਜੀਭ ਦਾ ਅਗਲਾ ਹਿੱਸਾ ਦੁਨੀਆਂ ਦੇ ਰਸ ਚੱਖਦਾ ਹੈ, ਪਰ ਜੀਭ ਦਾ ਪਿਛਲਾ ਹਿੱਸਾ ਦੁਨੀਆਂ ਦੇ ਰਸ ਨਹੀਂ ਚੱਖਦਾ। ਜਿੰਨੀ ਮਰਜ਼ੀ ਕੌੜੀ ਗੋਲੀ ਹੋਵੇ, ਅਸੀਂ ਕਹਿੰਦੇ ਹਾਂ ਕਿ ਜੀਭ ਕੱਢ ਅਤੇ ਪਿੱਛੇ ਰੱਖ ਕੇ ਲੰਘਾ ਦੇ, ਕੌੜੀ ਨਹੀਂ ਲੱਗਦੀ, ਅੱਗੇ ਰੱਖੇਗਾ ਤਾਂ ਕੌੜੀ ਲੱਗੇਗੀ। ਪਰ ਨਾਮ ਰਸ ਪਿੱਛੇ ਰੱਖ ਕੇ, ਕਹਿਣ ਤੋਂ ਭਾਵ ਅੰਦਰੋਂ ਖੋਜ, ਬਾਣੀ ਨੂੰ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇੱਥੇ ਮਹਾਰਾਜ ਸਪਸ਼ਟ ਕਰਦੇ ਨੇ ਕਿ ਅੰਮ੍ਰਿਤ ਨਾਮ ਪੀਓ, ਜਦੋਂ ਪੀਤਾ ਮਨ ਤ੍ਰਿਪਤਾਸਿਆ, ਸਰੀਰ ਨਹੀਂ ਮਨ ਤ੍ਰਿਪਤ ਗਿਆ। ਸਰੀਰ ਦੀਆਂ ਲੋੜਾਂ ਬਾਹਰ ਲਈਆਂ ਨੇ, ਉਹ ਤਾਂ ਰੋਟੀ ਨਾਲ ਤ੍ਰਿਪਤਦਾ ਹੈ, ਉਹ ਤਾਂ ਪਾਣੀ ਨਾਲ ਤ੍ਰਿਪਤੇਗਾ, ਪਰ ਮਨ ਹੈ ਉਹ ਨਾਮ ਨਾਲ, ਕਿਉਂਕਿ ਗਿਆਨੀਆਂ ਕਾ ਭੋਜਨ ਨਾਮ ਹੈ, ਉਹ ਮਨ ਕਰਕੇ ਰੱਜ ਗਏ। ਮਨ ਤ੍ਰਿਪਤਾਸਿਆ, ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ, ਅਨਪੈ ਠਹਿਰਾਇਓ। ਕਹਿੰਦੇ ਇੱਕ ਅਵਸਥਾ ਹੋਰ ਹੋ ਗਈ, ਨਾਲ ਬਣ ਗਈ ਕਿ ਬੰਦਾ ਅਨਪੈ ਹੋ ਗਿਆ, ਕਿਸੇ ਵੀ ਕਿਸਮ ਦਾ ਡਰ ਅੰਦਰ ਨਾ ਰਿਹਾ। ਨਾਮੀ ਪੁਰਸ਼ ਦੇ ਅੰਦਰ ਕਿਸੇ ਵੀ ਕਿਸਮ ਦਾ ਕੋਈ ਡਰ ਨਹੀਂ, ਨਾ ਮੌਤ ਦਾ, ਨਾ ਜਨਮ ਦਾ, ਕਿਸੇ ਵੀ ਕਿਸਮ ਦੁਨੀਆਂ ਦਾ ਤਾਂ ਖੈਰ ਕੀ ਡਰ ਹੋਣਾ। ਮਾਨ ਆ ਗਿਆ ਸਰਬ ਸੁਖ ਪਾਏ, ਦੁੱਖ ਹੈ ਠਾਓ ਗਵਾਇਓ। ਹੁਣ ਉਹਨੇ ਆਗਿਆ ਮੰਨ ਲਈ, ਪ੍ਰਭੂ ਦੀ ਆਗਿਆ ਮਿੱਠੀ ਮਿੱਠੀ ਕਰਕੇ, ਸਤਿਗੁਰੂ ਕੀ ਆਗਿਆ ਸਤ ਸਤ ਕਰ ਜਾਣੋ, ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਮਹਾਰਾਜ ਸਪਸ਼ਟ ਕਰਦੇ ਨੇ
ਕਿ ਜਿਨ੍ਹਾਂ ਨੇ ਉਹਦੀ ਆਗਿਆ ਨੂੰ ਮੰਨਿਆ ਉਹਨਾਂ ਨੇ ਦੁੱਖਾਂ ਦਾ ਥਾਂ ਹੀ ਗਵਾ ਦਿੱਤਾ, ਭਾਵ ਅੰਦਰ ਦੁੱਖ ਰਿਹਾ ਹੀ ਨਾ। ਜੋ ਸੌ ਪ੍ਰਸੰਨ ਭਏ ਪ੍ਰਭ ਠਾਕੁਰ, ਇਹ ਠਾਕੁਰ ਨਹੀਂ ਠਾਕੁਰ ਸ਼ਬਦ ਹੈ, ਜਦੋਂ ਸੌ ਪ੍ਰਸੰਨ ਬਹੁਤ ਹੀ ਖੁਸ਼ ਹੋਇਆ ਉਹ ਮਾਲਕ, ਉਹ ਵਾਹਿਗੁਰੂ ਅਕਾਲ ਪੁਰਖ ਜਦੋਂ ਬਹੁਤ ਖੁਸ਼ ਹੋਇਆ, ਸਭ ਆਨੰਦ ਰੂਪ ਦਿਖਾਇਓ, ਕਹਿੰਦੇ ਸਾਰੇ ਪਾਸੇ ਆਨੰਦ ਹੀ ਆਨੰਦ, ਆਨੰਦ ਰੂਪ ਹੋ ਗਿਆ। ਜਿਹਨੂੰ ਤੀਜੇ ਪਾਤਸ਼ਾਹ ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਇਹ ਸਹਿਜ ਅਵਸਥਾ ਵਿੱਚ ਇਹ ਆਨੰਦ ਦੀ ਅਵਸਥਾ ਹੈ। ਨਾ ਕਿਛ ਆਵਤ ਨਾ ਕਿਛ ਜਾਵਤ, ਸਭ ਖੇਲ ਕੀਓ ਹਰ ਰਾਇਓ। ਉਦੋਂ ਫਿਰ ਸਮਝ ਆਈ ਕਿ ਇੱਥੇ ਨਾ ਕੋਈ ਆ ਰਿਹਾ ਅਤੇ ਨਾ ਕੋਈ ਜਾ ਰਿਹਾ, ਇਹ ਤਾਂ ਸਰੀਰਾਂ ਦਾ ਇੱਕ ਖੇਡ ਹੈ। ਦੋ ਚੀਜ਼ਾਂ ਨੂੰ ਘਸਾਇਆ ਸੀ, ਮਾਚਿਸ ਘਸਾਈ, ਅੱਗ ਬਲ ਗਈ। ਉਹ ਅੱਗ ਕਿੱਥੋਂ ਆਈ? ਫੂਕ ਮਾਰੀ ਅਤੇ ਅੱਗ ਕਿੱਥੇ ਚਲੀ ਗਈ? ਉਦੋਂ ਸਮਝ ਆਈ ਕਿ ਇਹ ਆਤਮਾ ਆਈ ਸੀ, ਸਰੀਰ 'ਚ ਆਈ, ਇਹ ਸਰੀਰ ਫੁੱਟਿਆ ਭਾਂਡਾ, ਉਹ ਚਲੀ ਗਈ। ਇੱਥੇ ਕਹਿੰਦਾ ਨਾ ਕੁਛ ਆਉਂਦਾ ਅਤੇ ਨਾ ਹੀ ਕੁਛ ਜਾਂਦਾ, ਕੋਈ ਵੀ ਆਪਣਾ ਨਹੀਂ, ਕੋਈ ਵੀ ਬੇਗਾਨਾ ਨਹੀਂ। ਇਹ ਚੀਜ਼ ਸਮਝ ਆ ਗਈ ਕਿ ਇੱਥੇ ਕੋਈ ਵੀ ਆਪਣਾ ਨਹੀਂ, ਇਹ ਗੱਲ ਚੇਤੇ ਰੱਖ ਲਿਓ, ਅਤੇ ਕੋਈ ਵੀ ਬੇਗਾਨਾ ਨਹੀਂ, ਸਾਰੇ ਹੀ ਆਪਣੇ ਨੇ। ਕਿਉਂਕਿ ਏਕ ਪਿਤਾ ਏਕ ਸਕੇ ਹਮ ਵਾਰਿਕ, ਤੂੰ ਮੇਰਾ ਗੁਰਹਾਈ। ਬਾਣੀ ਸਾਨੂੰ ਇਸ ਅਵਸਥਾ 'ਤੇ ਲਿਆ ਖੜਾ ਕਰਦੀ ਕਿ ਤੁਸੀਂ ਨਾ ਇਹ ਸੰਸਾਰ ਵਿੱਚ ਰਹਿੰਦੇ ਹੋ ਅਤੇ ਨਾ ਹੀ ਇਹਨੂੰ ਛੱਡਦੇ ਹੋ। ਇਸ ਅਵਸਥਾ 'ਤੇ ਜਦੋਂ ਬੰਦਾ ਪਹੁੰਚਿਆ ਤਾਂ ਮਹਾਰਾਜ ਸਪੱਸ਼ਟ ਕਰਦੇ ਨੇ ਇੱਥੇ ਗੱਲ ਨੂੰ, ਸਭ ਖੇਲ ਕੀਓ ਹਰ ਰਾਇਓ, ਕਹੋ ਨਾਨਕ ਅਗਮ ਅਗਮ ਹੈ ਠਾਕੁਰ। ਅਤੇ ਪੰਜਵੇਂ ਨਾਨਕ ਪਾਤਸ਼ਾਹ ਕਹਿੰਦੇ ਉਹ ਠਾਕੁਰ ਉਹ ਮਾਲਕ ਹੈ, ਅਗਮ ਹੈ, ਪਹੁੰਚ ਤੋਂ ਬਾਹਰ ਹੈ, ਬਾਰ ਬਾਰ ਕਹਿੰਦੇ ਨੇ। ਭਗਤ ਟੇਕ ਹਰ ਨਾਇਓ, ਪਰ ਜਿਹੜੇ ਤੇਰੇ ਭਗਤ ਨੇ, ਜਿਹੜੇ ਤੇਰੇ ਭਗਤ ਨੇ ਉਹਨਾਂ ਨੂੰ ਟੇਕ ਹੈ, ਆਸਰਾ ਹੈ ਤੇਰੇ ਨਾਮ ਦੀ, ਉਹ ਤੇਰੇ ਨਾਮ ਦਾ ਆਸਰਾ ਲੈਂਦੇ ਨੇ, ਭਾਵੇਂ ਤੂੰ ਪਹੁੰਚ ਤੋਂ ਬਾਹਰ ਹੈ। ਕਿਉਂ? ਨਾਮੀ ਨਾਮ ਕਰਕੇ ਹੀ ਜਾਣਿਆ ਜਾਂਦਾ, ਇਸ ਕਰਕੇ ਤੂੰ ਸੰਸਾਰ ਵਿੱਚ ਨਾਮ ਕਰਕੇ ਜਾਣਿਆ ਜਾਂਦਾ, ਤੇਰੇ ਭਗਤਾਂ ਦੀ ਟੇਕ ਤੇਰੇ ਨਾਮ 'ਤੇ ਹੈ, ਉਹ ਤੇਰੇ ਨਾਮ ਨਾਲ। ਪੰਜਵਾਂ ਗੌੜੀ ਮਹਲਾ ਪੰਜਵਾਂ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਨ ਤਾਂ ਕੀ ਓਟ ਗਹੀ ਜਾ ਰੇ, ਮਨ ਤਾਂ ਕੀ ਓਟ ਗਹੀ ਜਾ ਰੇ, ਜਿਨ ਧਾਰੇ ਬ੍ਰਹਿਮੰਡ ਖੰਡ ਹਰ, ਜਿਨ ਧਾਰੇ ਬ੍ਰਹਿਮੰਡ ਖੰਡ ਹਰ, ਤਾਂ ਕੋ ਨਾਮ ਜਪੀ ਜਾ ਰੇ, ਤਾਂ ਕੋ ਨਾਮ ਜਪੀ ਜਾ ਰੇ, ਰਹਾਉ ਮਨ ਕੀ ਮਤ ਤਿਆਗੋ ਹਰ ਜਨ, ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਆ ਰੇ, ਹੁਕਮ ਬੂਝ ਸੁਖ ਪਾਈਆ ਰੇ, ਜੋ ਪ੍ਰਭ ਕਰੈ ਸੋਈ ਭਲ ਮਾਨੋ, ਜੋ ਪ੍ਰਭ ਕਰੈ ਸੋਈ ਭਲ ਮਾਨੋ, ਸੁਖ ਦੁੱਖ ਉਹੀ ਉਹੀ ਧਿਆਈਆ ਰੇ, ਸੁਖ ਦੁੱਖ ਉਹੀ ਧਿਆਈਆ ਰੇ, ਕੋਟ ਪਤਿਤ ਉਧਾਰੇ ਖਿਨ ਮੈਂ, ਕੋਟ ਪਤਿਤ ਉਧਾਰੇ ਖਿਨ ਮੈਂ, ਕਰਤੇ ਬਾਰ ਨਾ ਲਾਗਾ ਰੇ, ਕਰਤੇ ਬਾਰ ਨਾ ਲਾਗਾ ਰੇ,
ਦੀਨ ਦਰਦ ਦੁੱਖ ਭੰਜਨ ਸੁਆਮੀ, ਦੀਨ ਦਰਦ ਦੁੱਖ ਭੰਜਨ ਸੁਆਮੀ, ਜਿਸ ਭਾਵੈ ਤਿਸੈ ਨਿਵਾਜਾ ਰੇ, ਜਿਸ ਭਾਵੈ ਤਿਸੈ ਨਿਵਾਜਾ ਰੇ, ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ, ਪ੍ਰਤਪਾਲਕ ਜੀ, ਪ੍ਰਾਣ ਸੁਖ ਸਾਗਰ ਰੇ, ਜੀ ਪ੍ਰਾਣ ਸੁਖ ਸਾਗਰ ਰੇ, ਦੇਂਦੇ ਤੋਟ ਨਾਹੀ ਤਿਸ ਕਰਤੇ, ਦੇਂਦੇ ਤੋਟ ਨਾਹੀ ਤਿਸ ਕਰਤੇ, ਪੂਰ ਰਹਿਓ ਰਤਨਾਗਰ ਰੇ, ਪੂਰ ਰਹਿਓ ਰਤਨਾਗਰ ਰੇ, ਜਾਚਕ ਜਾਚੈ ਨਾਮ ਤੇਰਾ ਸੁਆਮੀ, ਜਾਚੈ ਨਾਮ ਤੇਰਾ ਸੁਆਮੀ, ਘਟ ਘਟ ਅੰਤਰ ਸੋਈ ਰੇ, ਘਟ ਘਟ ਅੰਤਰ ਸੋਈ ਰੇ, ਨਾਨਕ ਦਾਸ ਤਾਂ ਕੀ ਸਰਨਾਈ, ਨਾਨਕ ਦਾਸ ਤਾਂ ਕੀ ਸਰਨਾਈ, ਜਾਂ ਤੇ ਬ੍ਰਿਥਾ ਨਾ ਕੋਈ ਰੇ, ਜਾਂ ਤੇ ਬ੍ਰਿਥਾ ਨਾ ਕੋਈ। ਗੌੜੀ ਮਹੱਲਾ ਪੰਜਵਾਂ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਨ ਤਾਂ ਕੀ ਓਟ ਗਹੀ ਜੈ ਰੇ, ਜਿਨ ਧਾਰੇ ਪ੍ਰਹਿਮੰਡ ਖੰਡ ਹਰ, ਤਾਂ ਕੋ ਨਾਮ ਜਪੀ ਜੈ ਰੇ। ਰਹਾਉ ਦੀ ਇਸ ਪੰਕਤੀ ਵਿੱਚ ਮਹਾਰਾਜ ਉਪਦੇਸ਼ ਦਿੰਦੇ ਨੇ ਪੰਚਮ ਪਾਤਸ਼ਾਹ ਅਖੀਰ ਨੂੰ ਫਿਰ ਕਿ ਮਨਾ, ਜਿਹਨੇ ਇਹ ਸਾਰੇ ਸੰਸਾਰ ਨੂੰ ਖੰਡ ਬ੍ਰਹਿਮੰਡ ਟਿਕਾ ਕੇ ਰੱਖੇ ਹੋਏ ਨੇ, ਧਾਰਨ ਕੀਤੇ ਹੋਏ ਨੇ, ਜੇ ਓਟ ਲੈਣੀ ਹੈ ਤਾਂ ਉਹਦੀ ਲੈ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਉਹ ਪਾਰ ਬ੍ਰਹਮ ਹੈ, ਇਸ ਬ੍ਰਹਮ ਤੋਂ ਪਰੇ ਹੈ। ਦੂਜਾ ਗੁਣ ਹੈ ਉਹ ਪੂਰਨ ਹੈ, ਦੁਨੀਆ ਦੇ ਉੱਤੇ ਕੋਈ ਵੀ ਪੂਰਨ ਨਹੀਂ, ਸਿਰਫ ਇੱਕੋ ਹੀ ਪੂਰਨ ਹੈ, ਉਹ ਹੈ ਮਹਾਰਾਜ ਲਿਖਦੇ ਨੇ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਪਰਮੇਸ਼ਰ ਪੂਰਨ ਹੈ। ਮਨ ਤਾਂ ਕੀ ਓਟ ਗਹੀ ਜੈ ਰੇ, ਮਨਾ ਫਿਰ ਉਹਦੀ ਓਟ ਪਕੜ। ਜਿਨ ਧਾਰੇ ਬ੍ਰਹਿਮੰਡ ਖੰਡ ਹਰ, ਤਾਂ ਕੋ ਨਾਮ ਜਪੀ ਜੈ ਰਿਹਾ। ਅਤੇ ਅਸੀਂ ਫਿਰ ਵੀ ਪੁੱਛੀ ਜਾਂਦੇ ਹਾਂ ਜੀ ਕਿਹਦਾ ਨਾਮ ਜਪਣਾ ਚਾਹੀਦਾ। ਮਹਾਰਾਜ ਦੱਸ ਦਿੱਤਾ ਭਾਈ ਜਿਹੜਾ ਕਿ ਸਰਬ ਵਿਆਪਕ ਹੈ, ਖੰਡਾਂ ਬ੍ਰਹਿਮੰਡਾਂ 'ਚ ਜਿਹਨੇ ਸਾਰਿਆਂ ਨੂੰ ਕਾਬੂ ਕੀਤਾ ਹੋਇਆ, ਜੋ ਸਾਰੇ ਜਿਹਦੇ ਅਧੀਨ ਨੇ, ਐ ਮਨਾ ਉਸ ਪਰਮਾਤਮਾ ਨੂੰ, ਉਸ ਪਰਮੇਸ਼ਰ ਨੂੰ ਜਿਹੜੇ ਵੀ ਮਰਜ਼ੀ ਨਾਮ ਨਾਲ ਜਪ, ਅੱਲਾ ਕਹਿ, ਰਾਮ ਕਹਿ, ਰਹੀਮ ਕਹਿ, ਜੋ ਮਰਜ਼ੀ ਕਹਿ, ਇਹ ਸਾਰੇ ਉਹਦੇ ਗੁਣਾਤਮਕ ਨਾਮ ਨੇ, ਉਹਦੇ ਗੁਣਾ ਕਰਕੇ ਜਾਣਿਆ ਜਾਂਦਾ ਹੈ, ਪਰ ਉਹਦਾ ਆਪਣਾ ਕੋਈ ਵੀ ਨਾਮ ਨਹੀਂ। ਤੂੰ ਨਾਮ ਹੈ, ਅਨਾਮ ਹੈ। ਅਤੇ ਮਹਾਰਾਜ ਕਹਿੰਦੇ ਉਹਨੂੰ ਜਿਹਦਾ ਕਿ ਕੋਈ ਸਰੀਰ ਨਹੀਂ, ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਰੰਗ ਨਹੀਂ, ਕੋਈ ਢੰਗ ਨਹੀਂ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਜਿਹੜਾ ਕਿ ਸਰੀਰ ਤੋਂ ਬਾਹਰ ਹੈ, ਜਿਹੜਾ ਕਿ ਹਰ ਜਗ੍ਹਾ ਸਮਾਇਆ ਹੋਇਆ, ਉਸ ਨੂੰ ਜਪਣਾ ਕਰ। ਰਹਾਓ ਮਨ ਕੀ ਮਤ ਤਿਆਗੋ ਹਰ ਜਾਣਾ, ਹੁਕਮ ਬੂਝ ਸੁਖ ਪਾਈਐ ਰੇ। ਇਹ ਹਰੀ ਦੇ ਪਿਆਰਿਓ, ਸਭ ਤੋਂ ਪਹਿਲਾਂ ਮਨ ਦੀ ਮਤ ਤਿਆਗੋ, ਉਹਦੇ ਹੁਕਮ ਨੂੰ ਬੁੱਝੋ, ਕਹਿੰਦੇ ਇਹਦੇ ਵਿੱਚ ਹੀ ਸੁੱਖ ਮਿਲੇਗਾ। ਜੋ ਪ੍ਰਭ ਕਰੈ ਸੋਈ ਭਲ ਮਾਨੋ, ਸੁੱਖ ਦੁੱਖ ਉਹੀ ਧਿਆਈਐ ਰੇ। ਪਹਿਲੀ ਅਵਸਥਾ ਕਿ ਜੋ ਪ੍ਰਭੂ ਕਰਦਾ ਉਹਨੂੰ ਭਲਾ ਭਲਾ ਕਰਕੇ ਮਨ 'ਚ
ਚਾਹੇ ਸੁੱਖ ਹੈ ਅਤੇ ਦੁੱਖ ਹੈ, ਉਸੇ ਨੂੰ ਧਿਆਉਣਾ ਕਰ। ਕੋਟਪਤ ਤੋਂ ਉਧਾਰੇ ਖਿਨ ਮੈਂ, ਕਰਤੇ ਬਾਹਰ ਨਾ ਲਾਗੈ ਰੇ। ਰੇ ਸ਼ਬਦ ਜਿਹੜਾ ਹੈ ਭਾਈ, ਉਹ ਡਿੱਗਿਆਂ ਹੋਇਆਂ ਨੂੰ ਚੁੱਕਣ ਵਾਲਾ ਹੈ। ਉਸ ਕਰਤੇ ਨੂੰ ਇੰਜ ਕਰਨ ਲਈ ਦੇਰ ਨਹੀਂ ਲੱਗਦੀ, ਉਹ ਦੇਰ ਨਹੀਂ ਲਾਉਂਦਾ। ਕਦੋਂ ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉਹ ਨਹੀਂ ਡਰਦਾ ਕਿਸੇ ਤੋਂ। ਉਹ ਕਦੋਂ ਖਲ ਮੂਰਖ ਅਤੇ ਪੰਡਿਤ ਕਰਬੋ, ਉਹ ਕਦੋਂ ਨਿਮਾਣਿਆਂ ਨੂੰ ਮਾਣ ਦੇ ਦਿੰਦਾ, ਨਿਤਾਣਿਆਂ ਨੂੰ ਤਾਣ ਦੇ ਦਿੰਦਾ, ਨਿਪੱਤਿਆਂ ਨੂੰ ਪਤ ਦੇ ਦਿੰਦਾ, ਨਿਗਤਿਆਂ ਦੀ ਗਤ ਕਰ ਦਿੰਦਾ। ਕਹਿੰਦੇ ਕਰਨ ਲੱਗਿਆਂ ਨੂੰ ਟਾਈਮ ਨਹੀਂ ਲੱਗਦਾ, ਸਮਾਂ ਨਹੀਂ ਲਾਉਂਦਾ, ਉਹ ਕਦੋਂ ਕਿੱਥੇ ਪਹੁੰਚਾ ਦੇ ਕੋਈ ਵੀ ਨਹੀਂ ਕਹਿ ਸਕਦਾ। ਦੀਨ ਦਰਦ ਦੁੱਖ ਭੰਜਨ ਸਵਾਮੀ, ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ ਉਹ ਗਰੀਬਾਂ ਦੇ ਦਰਦ ਦੁੱਖ ਤੋੜਨ ਵਾਲਾ ਹੈ, ਸਵਾਮੀ ਹੈ, ਮਾਲਕ ਹੈ ਸਾਰੀ ਸ੍ਰਿਸ਼ਟੀ ਦਾ। ਜਿਸ ਭਾਵ ਹੈ ਤਿਸੈ ਨਿਵਾਜੈ ਰੇ, ਜਿਹੜਾ ਉਹਨੂੰ ਭਾ ਗਿਆ, ਜਿਹੜਾ ਉਹਨੂੰ ਚੰਗਾ ਲੱਗਦਾ, ਉਹਨੂੰ ਮਾਣ ਬਖਸ਼ਦਾ। ਉਹ ਕਿਹਨੂੰ ਬਖਸ਼ਦਾ ਹੈ ਮਾਣ, ਕਿਹਨੂੰ ਵਡਿਆਈ ਦੇ ਦੇਵੇ ਨਾਮ ਦੀ, ਕਹਿੰਦੇ ਕੋਈ ਪਤਾ ਨਹੀਂ। ਸਭ ਕੋ ਮਾਤ ਪਿਤਾ ਪ੍ਰਤਪਾਲਕ, ਜੀ ਪ੍ਰਾਣ ਸੁੱਖ ਸਾਗਰ ਰੇ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ, ਸਾਰਿਆਂ ਦਾ ਹੀ ਮਾਤਾ ਪਿਤਾ ਵਾਂਗੂ ਪ੍ਰਤਪਾਲਣਾ ਕਰਦਾ ਹੈ। ਉਹ ਜੀਵ ਪ੍ਰਾਣ ਦਾ ਸੁੱਖਾਂ ਦਾ ਸਾਗਰ ਹੈ, ਜੀਵ ਆਤਮਾ ਦਾ, ਪ੍ਰਾਣਾਂ ਦਾ, ਸਵਾਸਾਂ ਦਾ, ਉਹ ਸੁੱਖਾਂ ਦਾ ਸਾਗਰ ਹੈ ਸੰਸਾਰ ਵਿੱਚ। ਦੇਂਦੇ ਤੋਟ ਨਾ ਹੀ ਤਿਸ ਕਰਤੇ, ਉਸ ਕਰਤੇ ਦੇ ਘਰ ਵਿੱਚ ਕੋਈ ਘਾਟਾ ਨਹੀਂ। ਉਹ ਦਿੰਦਾ ਆ ਰਿਹਾ, ਦਿੰਦਾ ਦੇ ਲੈਂਦੇ ਥੱਕ ਪਾਹੀ, ਜੁਗਾ ਜੁਗੰਤਰ ਖਾਹੀ ਖਾਹੀ, ਜੁਗਾ ਜੁਗੰਤਰਾਂ ਤੋਂ ਜੀਵ ਲੈਂਦੇ ਆ ਰਹੇ ਨੇ, ਖਾਂਦੇ ਆ ਰਹੇ ਨੇ, ਉਹ ਦਿੰਦਾ ਆ ਰਿਹਾ। ਦਿਨ ਦੇ ਤੋਟ ਨਾਹੀਂ ਤਿਸ ਕਰਤੇ, ਪੂਰ ਰਹਿਓ ਰਤਨਾਗਰ ਰੇ। ਉਹ ਰਤਨਾਂ ਦੀ ਖਾਣ ਰਤਨਾਗਰ, ਉਹ ਵਾਹਿਗੁਰੂ ਅਕਾਲ ਪੁਰਖ ਭਰਿਆ ਪੂਰਾ, ਹਰ ਜਗ੍ਹਾ ਸਰਵ ਵਿਆਪਕ ਹੈ। ਜਾਚਿਕ ਜਾਚੈ ਨਾਮ ਤੇਰਾ ਸਵਾਮੀ, ਇੱਥੇ ਫਿਰ ਅਖੀਰ 'ਚ ਕਹਿੰਦੇ ਅਸੀਂ ਜਾਚਕ ਹਾਂ ਤੇਰੇ, ਤੇਰੇ ਦਰ ਦੇ ਮੰਗਤੇ ਹਾਂ, ਤੇਰੇ ਦਰ ਤੋਂ ਤੇਰਾ ਨਾਮ ਮੰਗਣ ਆਏ ਹਾਂ। ਜਾਚਕ ਜਾਚੈ ਨਾਮ ਤੇਰਾ ਸਵਾਮੀ, ਘੱਟ ਘੱਟ ਅੰਤਰ ਸੋਈ ਰੇ। ਤੂੰ ਤਾਂ ਘੱਟ ਘੱਟ ਵਿੱਚ ਸਮਾਇਆ ਹੋਇਆ, ਸਭ ਹੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕਹਿੰਦੇ ਸਾਰਿਆਂ ਵਿੱਚ ਤੂੰ ਤੇ, ਨਾਨਕ ਦਾਸ ਤਾਂ ਕੀ ਸ਼ਰਨ ਆਈ। ਅਤੇ ਪੰਜਵੇਂ ਨਾਨਕ ਮਾਰੇ ਕਹਿੰਦੇ ਭਾਈ, ਮੈਂ ਤਾਂ ਉਹਦੀ ਸ਼ਰਨ ਵਿੱਚ ਆਇਆ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ, ਸਾਰਿਆਂ ਨੂੰ ਦਿੰਦਾ ਆ ਰਿਹਾ। ਜਾਂ ਤੇ ਬ੍ਰਿਥਾ ਨਾ ਕੋਈ ਰੇ, ਜਿਹਦੇ ਤੋਂ ਕੋਈ ਖਾਲੀ ਨਹੀਂ ਜਾਂਦਾ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪੁੱਤ ਦੇ, ਉਹ ਪੁੱਤ ਦਿੰਦਾ। ਅਸੀਂ ਅਰਦਾਸ ਕਰਦੇ ਹਾਂ ਕਿ ਸਾਨੂੰ ਧਨ ਦੇ, ਉਹ ਧਨ ਦਿੰਦਾ। ਪਰ ਕਦੇ ਉਹਨੂੰ ਨਹੀਂ ਮੰਗਿਆ ਵੀ ਤੂੰ ਹੀ ਮਿਲ ਜਾ, ਵੀ ਤੂੰ ਨਾ ਮਿਲੀ, ਦਾਤਾਂ ਭਾਵੇਂ ਜਿੰਨੀਆਂ ਮਰਜ਼ੀ ਦੇ ਦੀ। ਜੇ ਦਾਤਾਂ ਦੇਣ ਵਾਲਾ ਹੀ ਮੰਗ ਲਈਏ ਫਿਰ ਦਾਤਾਂ ਤੋਂ ਕੀ ਕਰਾਉਣਾ, ਦਾਤਾਂ ਤਾਂ ਆਪਣੇ ਆਪ ਹੀ ਆ ਜਾਣਗੀਆਂ ਨਾਲ। ਇਸ ਕਰਕੇ ਤਰੀਕਾ ਦੱਸਦੇ ਨੇ ਮਹਾਰਾਜ ਸਾਨੂੰ ਬੜਾ ਵਧੀਆ, ਕਿ ਜੇ ਮੰਗਣਾ, ਮੰਗਣਾ ਹਰ ਮੰਗਣ ਨੀਕਾ, ਕਿਹੜਾ ਹਰ ਜਸ ਗੁਰ 'ਤੇ ਮੰਗਣਾ। ਭਾਈ ਸਭ ਤੋਂ ਚੰਗੀ ਚੀਜ਼ ਜੇ ਮੰਗਣੀ ਆਏ ਹਾਂ ਤਾਂ ਫਿਰ ਚੱਜ ਦੀ ਚੀਜ਼ ਮੰਗਣਾ, ਹਰੀ ਦਾ ਜਸ, ਪਰਮਾਤਮਾ ਦਾ ਨਾਮ, ਉਹਦੇ ਕੋਲੋਂ ਮੰਗ,
ਤੇ ਫਿਰ ਉਹ ਦਿੰਦਾ ਜਿਸ ਦਿਨ ਤੈਨੂੰ ਇਨਾਮ ਦੀ ਦਾਤ ਪ੍ਰਾਪਤ ਹੋ ਜਾਏਗੀ, ਦੁਨੀਆਂ ਦੀਆਂ ਸਾਰੀਆਂ ਭੁੱਖਾਂ ਖਤਮ ਹੋ ਜਾਣਗੀਆਂ, ਮਨ ਤ੍ਰਿਪਤ ਹੋ ਜਾਏਗਾ ਜੀ। ਸਮਾਂ ਜਿਹੜਾ ਸਮਾਪਤ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ 210, ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਕਭੂ ਨਾ ਮਨੋ ਬਿਸਾਰੇ। ਹਾਂਜੀ ਪੜੋ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਹਰ ਕਬੋ ਨਾ ਮਨੋ ਬਸਾਰੇ। ਇਆਂ ਊਆਂ ਸਰਬ ਸੁਖ ਦਾਤਾ, ਸਗਲ ਕਟਾ ਪ੍ਰਿਤ ਪਾਰੇ। ਰਹਾਉ ਮਾ ਕਸ਼ਟ ਕਾਟੇ ਖਿਨ ਪੀਤਰ, ਰਸਨਾ ਨਾਮ ਚਿਤਾਰੇ। ਸ਼ੀਤਲ ਸ਼ਾਂਤ ਸੁਖ ਹਰ ਸ਼ਰਨੀ, ਜਲਤੀ ਅਗਨ ਨਿਵਾਰੇ। ਗਰਭ ਕੁੰਡ ਨਰਕ ਤੇ ਰਾਖੈ, ਭਵ ਜਲ ਪਾਰ ਉਤਾਰੇ। ਚਰਨ ਕਮਲ ਅਰਾਧਤ ਮਨ ਮੇਂ, ਚਮਕੀ ਤ੍ਰਾਸ ਬਿਦਾਰੇ। ਪੂਰਨ ਪਾਰ ਬ੍ਰਹਮ ਪਰਮੇਸ਼ਰ, ਊਚਾ ਅਗਮ ਅਪਾਰੇ। ਗੁਣ ਗਾਵਤ ਧਿਆਵਤ ਸੁਖ ਸਾਗਰ, ਜੂਏ ਜਨਮ ਨਹਾਰੇ। ਕਾਮ ਕ੍ਰੋਧ ਲੋਭ ਮੋਹ ਮਨ, ਕਾਮ ਕ੍ਰੋਧ ਲੋਭ ਮੋਹ ਮਨ ਲੀਨੋ, ਨਿਰਗੁਣ ਕੇ ਦਾਤਾਰੇ। ਕਰ ਕਿਰਪਾ ਆਪਣੋ ਨਾਮ ਦੀਜੈ, ਨਾਨਕ ਸਦ ਬਲਿਹਾਰੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਗੌੜੀ ਰਾਗ ਵਿੱਚ ਪੂਰਬੀ ਰਾਗਣੀ, ਉਹਦੇ ਥੱਲੇ ਇੱਕ ਪਾਇਆ ਭਾਵ, ਇਹਨੂੰ ਪਹਿਲੇ ਘਰ ਵਿੱਚ ਗਾਇਨ ਕੀਤਾ ਜਾਏਗਾ। ਮਾਣ ਸੰਕੇਤ ਕੀਤਾ ਪੰਚਮ ਪਾਤਸ਼ਾਹ ਦਾ ਇਹ ਸ਼ਬਦ ਸੰਬੋਧਨ ਹੈ ਕਿ ਭਾਈ ਜਿਹੜਾ ਵੀ ਉਸ ਪਰਮਾਤਮਾ ਦੇ ਨਾਮ ਨੂੰ ਮਨੋ ਅਰਾਧਦਾ, ਮਨੋ ਧਿਆਉਂਦਾ, ਪਰਮਾਤਮਾ ਉਹਦੀ ਹਰ ਤਰ੍ਹਾਂ ਰੱਖਿਆ ਕਰਦਾ, ਉਹਨੂੰ ਹਰ ਤਰ੍ਹਾਂ ਦੇ ਕਸ਼ਟ ਤੋਂ ਬਚਾ ਕੇ ਰੱਖਦਾ,
ਇਹ ਜਿਹੜੀ ਅੰਦਰ ਸਾਡੇ ਅੱਗ ਹੈ ਤ੍ਰਿਸ਼ਨਾਵਾਂ ਦੀ, ਜਿਹਦੇ ਕਾਰਨ ਅਸੀਂ ਦੁਖੀ ਹਾਂ, ਕਿਉਂਕਿ ਸਾਡੀਆਂ ਦੁੱਖਾਂ ਦਾ ਕਾਰਨ ਸਾਡੀਆਂ ਤ੍ਰਿਸ਼ਨਾਵਾਂ ਅਤੇ ਆਸ਼ਾਵਾਂ ਨੇ, ਉਹ ਹੀ ਸਾਡੇ ਮਨ ਨੂੰ ਘੁਮਾਉਂਦੀਆਂ ਨੇ। ਉਹਨਾਂ ਦੀ ਖਾਤਰ ਮਨ ਉਡਾਰੀਆਂ ਮਾਰਦਾ ਹੈ, ਉਹ ਪੂਰੀਆਂ ਨਹੀਂ ਹੁੰਦੀਆਂ। ਆਪਣੀ ਲੋੜ ਤੋਂ ਵੱਧ, ਆਪਣੀ ਔਕਾਤ ਤੋਂ ਵੱਧ ਹਰ ਬੰਦਾ ਮੰਗਦਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਫੇਲ ਹੋਇਆ ਹੋਇਆ ਵਿਦਿਆਰਥੀ ਵੀ ਕਹਿੰਦਾ ਕਿ ਮੈਨੂੰ ਸਟੇਜ 'ਤੇ ਇਨਾਮ ਮਿਲਣਾ ਚਾਹੀਦਾ, ਚਾਹੁੰਦਾ ਤਾਂ ਉਹ ਵੀ ਹੈ ਨਾ, ਪਰ ਪੜ੍ਹਿਆ ਨਹੀਂ, ਇਸ ਕਰਕੇ ਫੇਲ ਹੋ ਗਿਆ। ਜਿਸ ਮਕਸਦ ਲਈ ਉਹ ਸਕੂਲ ਜਾਂਦਾ ਸੀ, ਉਹ ਮਕਸਦ ਤੋਂ ਪਰਾਂ ਹਟ ਗਿਆ। ਛੋਟੀ ਜਿਹੀ ਇਗਜ਼ਾਮਪਲ ਹੈ ਇਹ ਦਿੱਤੀ, ਸੰਸਾਰ ਵਿੱਚ ਅਸੀਂ ਜਿਸ ਵਕਤ ਮਕਸਦ ਲਈ ਆਏ ਹਾਂ, ਉਹ ਮਕਸਦ ਲਈ ਕਰਦੇ ਨਹੀਂ, ਪਰ ਚਾਹੁੰਦੇ ਹਾਂ ਕਿ ਸਾਨੂੰ ਇੱਜ਼ਤ ਮਿਲੇ, ਸਾਨੂੰ ਮਾਣ ਮਿਲੇ, ਸਾਨੂੰ ਹਰ ਚੀਜ਼ ਪ੍ਰਾਪਤ ਹੋਵੇ, ਸਾਨੂੰ ਸੁੱਖ ਮਿਲੇ, ਸਾਨੂੰ ਸ਼ਾਂਤੀ ਮਿਲੇ, ਅਰਦਾਸਾਂ ਤਾਂ ਕਰਦੇ ਹਾਂ, ਪਰ ਜੋ ਗੁਰੂ ਕਹਿ ਰਹੇ ਨੇ ਉਹ ਅਸੀਂ ਕਰਦੇ ਨਹੀਂ। ਇੱਥੇ ਮਾਣ ਨੇ ਉਪਦੇਸ਼ ਦਿੱਤਾ, ਹਰ ਹਰ ਕਬਹੂ ਨਾ ਮਨੋ ਬਿਸਾਰੇ, ਇਹਾਂ ਊਹਾਂ ਸਰਬ ਸੁੱਖ ਦਾਤਾ, ਸਗਲ ਘਟਾਂ ਪ੍ਰਤਪਾਰੇ। ਮਾਰੇ ਕਹਿੰਦੇ ਭਾਈ, ਉਸ ਪਰਮਾਤਮਾ ਦੇ ਨਾਮ ਨੂੰ ਮਨੋ ਨਾ ਵਿਸਾਰ, ਉਹ ਇੱਥੇ ਵੀ ਅਤੇ ਅੱਗੇ ਵੀ, ਲੋਕ ਵਿੱਚ ਅਤੇ ਪ੍ਰਲੋਕ ਵਿੱਚ ਵੀ, ਉਹ ਸੁੱਖਾਂ ਦਾ ਦਾਤਾ ਹੈ। ਜਿਹੜਾ ਦਾਤਾ ਹੈ ਉਹ ਇੱਕੋ ਹੀ ਹੈ, ਉਹ ਹੈ ਪਰਮਾਤਮਾ। ਸਗਲ ਘਟਾਂ ਪ੍ਰਤਪਾਰੇ, ਉਹ ਸਾਰਿਆਂ ਹੀ ਘਟਾਂ ਤੋਂ ਭਾਵ ਹੈ, ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇਰੀ ਵੀ ਕਰੇਗਾ। ਇਸ ਕਰਕੇ ਉਹਨੂੰ ਮਨੋਂ ਕਿਉਂ ਵਿਸਾਰਦਾ? ਜਦੋਂ ਤੂੰ ਵਿਸਰਦਾ ਉਦੋਂ ਦੁੱਖ ਨੇ, ਬਸ ਰੌਲਾ ਇੰਨਾ ਹੀ ਹੈ। ਲਾਈਟ ਚਲੀ ਜਾਏ ਹਨੇਰਾ ਹੋ ਜਾਂਦਾ, ਬਸ ਜਦੋਂ ਲਾਈਟ ਚਲੀ ਜਾਂਦੀ ਹੈ ਹਨੇਰਾ ਹੋ ਜਾਂਦਾ, ਸੂਰਜ ਚਲਾ ਜਾਂਦਾ ਹਨੇਰਾ ਹੋ ਜਾਂਦਾ, ਜਦੋਂ ਤੂੰ ਵਿਸਰ ਜਾਂਦਾ ਅਗਿਆਨਤਾ ਦਾ ਹਨੇਰਾ ਹੋ ਜਾਂਦਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਰਹਾਓ ਮਹਾ ਕਸ਼ਟ ਕਾਟੈ ਖਿਨ ਭੀਤਰ, ਰਸਨਾ ਨਾਮ ਚਿਤਾਰੇ। ਕਹਿੰਦੇ ਜਿਹੜਾ ਵੀ ਇਸ ਰਸਨਾ ਨਾਲ, ਇਸ ਜੀਵ ਨਾਲ ਉਸ ਪਰਮਾਤਮਾ ਨੂੰ ਚੇਤੇ ਕਰਦਾ, ਕਹਿੰਦੇ ਭਾਵੇਂ ਮਹਾਂ ਕਸ਼ਟ ਕਿਉਂ ਨਾ ਹੋਵੇ, ਬਸ ਸਭ ਤੋਂ ਵੱਡਾ ਕਸ਼ਟ ਦੁੱਖ ਕਿਉਂ ਨਾ ਹੋਵੇ, ਕਾਟੈ ਖਿਨ ਭੀਤਰ, ਉਹ ਇੱਕ ਸਕਿੰਟ ਵਿੱਚ ਕੱਟ ਦਿੰਦਾ। ਇਹ ਜਿਹੜੀ ਸਾਡਾ ਅੰਗ ਹੈ ਨਾ, ਜੀਭ ਹੈ ਤਾਂ ਇਹ 6 ਇੰਚ ਦੀ ਹੋਈ ਹੈ, ਪਰ ਸਾਡੇ ਦੁੱਖਾਂ ਅਤੇ ਸੁੱਖਾਂ ਦਾ ਕਾਰਨ ਹੀ ਇਹ ਹੈ। ਨਾਨਕ ਫਿੱਕਾ ਬੋਲੇ, ਤਨ ਮਨ ਫਿੱਕਾ ਹੋਏ। ਇਹ ਜ਼ਬਾਨ ਨਾਲ ਜੇ ਅਸੀਂ ਫਿੱਕਾ ਬੋਲਦੇ ਹਾਂ ਨਾ, ਮੰਦਾ ਬੋਲਦੇ ਹਾਂ, ਉਹਦਾ ਪ੍ਰਭਾਵ ਸਾਡੇ ਤਨ ਅਤੇ ਮਨ ਦੋਵਾਂ 'ਤੇ ਪੈਂਦਾ ਹੈ। ਤਾਂ ਹੀ ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਨੇ ਸਪੱਸ਼ਟ ਕੀਤਾ ਹੈ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਮਿੱਠਾ ਬੋਲਣਾ ਅਤੇ ਨਿਮ ਕੇ ਚੱਲਣਾ, ਇਹ ਸਾਰੀਆਂ ਹੀ ਚੰਗਿਆਈਆਂ ਦਾ ਮੂਲ ਤੱਤ ਹੈ। ਇਸ ਕਰਕੇ ਜ਼ਬਾਨ ਤੋਂ ਬੋਲਣ ਲੱਗਿਆਂ ਜਿਹੜੇ ਵਿਦਵਾਨ ਲੋਕ ਕਹਿੰਦੇ ਨੇ, ਕਹਿੰਦੇ ਤੋਲ ਕੇ ਬੋਲੋ ਹਮੇਸ਼ਾ, ਜੋ ਵੀ ਤੁਸੀਂ ਬੋਲਣਾ ਉਹਨੂੰ ਪਹਿਲਾਂ ਤੋਲੋ, ਅਤੇ ਇੱਕ ਵਾਰ ਬੋਲ ਜ਼ਬਾਨ 'ਚੋਂ ਨਿਕਲ ਗਿਆ, ਫਿਰ ਤੁਸੀਂ ਉਹਦੇ ਵੱਸ ਵਿੱਚ ਹੋ ਜਾਓਗੇ, ਫਿਰ ਉਹ ਤੁਹਾਡੇ ਵੱਸ 'ਚ ਨਹੀਂ ਰਹੇਗਾ।
ਤਾਂ ਇੱਥੇ ਮਤਲਬ ਕਹਿੰਦੇ ਰਸਨਾ ਦੁਆਰਾ ਜਿਹੜੇ ਉਹਦੇ ਨਾਮ ਨੂੰ ਧਿਆਉਂਦੇ ਨੇ ਭਾਵੇਂ ਸਰੀਰ ਦੇ ਮਾਨਸਿਕ ਅਤੇ ਸਰੀਰਕ ਜਿੰਨਾ ਵੀ ਮਰਜ਼ੀ ਕਸ਼ਟ ਹੋਵੇ ਉਹ ਖਿੰਨ ਵਿੱਚ ਮਿਟ ਜਾਂਦਾ ਹੈ। ਸੀਤਲ ਸ਼ਾਂਤ ਸੁਖ ਹਰ ਚਰਨੀ ਜਲਤੀ, ਸੀਤਲ ਸ਼ਾਂਤ ਸੁਖ ਹਰ ਸ਼ਰਨੀ ਜਲਤੀ ਅਗਨ ਨਿਵਾਰੇ। ਹਰੀ ਦੀ ਸ਼ਰਨ ਵਿੱਚ ਗਿਆ, ਆਪਣੀ ਮੈਂ ਨੂੰ, ਆਪਣੀ ਹਉਮੈ ਨੂੰ, ਆਪਣੇ ਹੰਕਾਰ ਨੂੰ ਤਿਆਗ ਕੇ, ਅਤੇ ਮਹਾਰਾਜ ਕਹਿੰਦੇ ਉਹਦੀ ਸ਼ਰਨ ਵਿੱਚ ਗਿਆ, ਸ਼ਾਂਤੀ ਹੈ ਅੰਦਰ, ਸੀਤਲਤਾ ਹੈ। ਜਦੋਂ ਤੂੰ ਉਹਦੀ ਸ਼ਰਨ ਵਿੱਚ ਚਲਾ ਜਾਏਗਾ, ਇਹ ਜਿਹੜੀ ਅੰਦਰ ਤ੍ਰਿਸ਼ਨਾਵਾਂ ਦੀ ਅੱਗ ਬਲਦੀ ਪਈ ਹੈ ਇਹ ਬੁੱਝ ਜਾਏਗੀ। ਕਾਮ ਦੀ ਅੱਗ, ਕ੍ਰੋਧ ਦੀ ਅੱਗ, ਈਰਖਾ ਦੀ ਅੱਗ, ਹਉਮੈ ਦੀ ਅੱਗ, ਅੱਗ ਹੀ ਤਾਂ ਅੱਗ ਹੈ। ਕਹਿੰਦੇ ਇਹ ਉਹਦੀ ਸ਼ਰਨ ਵਿੱਚ ਗਿਆ ਬੁੱਝ ਜਾਏਗੀ, ਸ਼ਾਂਤ ਹੋ ਜਾਏਗਾ, ਸੀਤਲ ਹੋ ਜਾਏਗਾ, ਮਨ ਠੰਡਾ ਹੋ ਜਾਏਗਾ। ਗਰਭ ਕੁੰਡ ਨਰਕ ਤੇ ਰੱਖੈ ਭਵਜਲ ਪਾਰੇ ਉਤਾਰੇ। ਮਹਾਰਾਜ ਕਹਿੰਦੇ ਜਿਹੜਾ ਤੈਨੂੰ ਮਾਤਾ ਦੇ ਗਰਭ ਵਿੱਚੋਂ ਰੱਖ ਸਕਦਾ ਹੈ ਇਹ ਸੰਸਾਰ ਸਾਗਰ ਤੋਂ ਵੀ ਪਾਰ ਕਰ ਦੇਗਾ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਡ ਰਚਾਇਆ, ਉਸ ਕਰਤੇ ਨੇ ਖੇਡ ਰਚਿਆ। ਇਸ ਕਰਕੇ ਮਹਾਰਾਜ ਸਾਨੂੰ ਯਕੀਨ ਦਿਵਾਉਂਦੇ ਨੇ ਇੱਥੇ ਪੰਚਮ ਪਾਤਸ਼ਾਹ, ਕਹਿੰਦੇ ਭਾਈ ਜਿਸ ਤਰ੍ਹਾਂ ਤੈਨੂੰ ਮਾਤਾ ਦੇ ਪੇਟ ਦੀ ਗਰਭ ਅਗਨ ਤੋਂ ਬਚਾ ਕੇ ਰੱਖਿਆ ਇਹ ਸੰਸਾਰ ਸਾਗਰ ਤੋਂ ਵੀ ਪਾਰ ਕਰ ਦੇਗਾ। ਚਰਨ ਕਮਲ ਆਰਾਧਿਤ ਮਨ ਮੈਂ ਜਮ ਕੀ ਤ੍ਰਾਸ ਵਿਦਾਰੇ। ਜਦੋਂ ਤੂੰ ਮਨ ਅੰਦਰ ਉਸ ਪਰਮਾਤਮਾ ਦੇ ਚਰਨ ਕਮਲਾਂ ਨੂੰ ਅਰਾਧੇਗਾ, ਧਿਆਏਗਾ ਹਿਰਦੇ ਤੋਂ, ਤੇਰਾ ਧਿਆਨ ਉਸ ਮਾਰਗ 'ਤੇ ਹੋ ਜਾਏਗਾ। ਕਹਿੰਦੇ ਦੁਨੀਆ ਦੇ ਬਾਕੀ ਡਰ ਤੋਂ ਦੂਰ ਦੂਰ ਜਮ ਦੀ ਤ੍ਰਾਸ, ਮੌਤ ਦਾ ਡਰ ਵੀ ਤੇਰਾ ਦੂਰ ਹੋ ਜਾਏਗਾ। ਸਭ ਤੋਂ ਵੱਡਾ ਦੁਨੀਆ 'ਤੇ ਮੌਤ ਦਾ ਡਰ ਹੈ, ਕਹਿੰਦੇ ਤੇਰਾ ਇਹ ਵੀ ਦੂਰ ਹੋ ਜਾਏਗਾ। ਪੂਰਨ ਪਾਰ ਬ੍ਰਹਮ ਪਰਮੇਸ਼ਰ ਉੱਚਾ ਅਗਮ ਅਪਾਰੇ। ਮਹਾਰਾਜ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਦੇ ਨੇ ਪੰਚਮ ਪਾਤਸ਼ਾਹ, ਕਹਿੰਦੇ ਉਹ ਪੂਰਨ ਹੈ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਪੂਰਨ ਪਾਰ ਬ੍ਰਹਮ ਪਰਮੇਸ਼ਰ, ਉਹ ਪਾਰ ਬ੍ਰਹਮ ਹੈ, ਪਰਮੇਸ਼ਰ ਹੈ, ਉੱਚਾ ਹੈ, ਅਗਮ ਹੈ, ਪਹੁੰਚ ਤੋਂ ਬਾਹਰ ਹੈ, ਅਪਾਰੇ, ਉਹ ਅਪਾਰ ਹੈ, ਉਹਦਾ ਕੋਈ ਵੀ ਪਾਰਾਵਾਰ ਨਹੀਂ, ਹੱਦ ਬੰਨਾ ਨਹੀਂ ਹੈ। ਗੁਣ ਗਾਵਤ ਧਿਆਵਤ ਸੁਖ ਸਾਗਰ, ਜੂਏ ਜਨਮ ਨਾ ਹਾਰੇ। ਕਿਉਂਕਿ ਉਸ ਪਰਮਾਤਮਾ ਨਾਲ ਸਾਂਝ ਸਾਡੀ ਗੁਣਾਂ ਦੀ ਹੈ, ਇਸ ਕਰਕੇ ਉਹਦੇ ਗੁਣਾਂ ਨੂੰ ਧਿਆਉਂਦਿਆਂ ਹੋਇਆਂ, ਜਿਹੜਾ ਕਿ ਸੁੱਖਾਂ ਦਾ ਸਮੁੰਦਰ ਹੈ, ਪਰਮਾਤਮਾ ਨੂੰ ਮਹਾਰਾਜ ਸੁੱਖ ਸਾਗਰ ਵੀ ਕਹਿੰਦੇ ਨੇ। ਗੁਣ ਗਾਵਤ ਧਿਆਵਤ ਸੁਖ ਸਾਗਰ, ਜੂਏ ਜਨਮ ਨਾ ਹਾਰੇ। ਇਹ ਮਨੁੱਖਾ ਜਨਮ ਨੂੰ, ਇਸ ਜ਼ਿੰਦਗੀ ਨੂੰ, ਇਸ ਬਾਜ਼ੀ ਨੂੰ ਫਿਰ ਹਾਰ ਕੇ ਨਹੀਂ ਜਾਏਗਾ। ਜਦੋਂ ਤੂੰ ਸਾਂਝ ਉਹਦੇ ਨਾਲ ਗੁਣਾਂ ਦੀ ਪਾ ਲਏਗਾ, ਉਹ ਪਰਮਾਤਮਾ ਨਾਲ, ਕਹਿੰਦੇ ਫਿਰ ਇਹ ਮਨੁੱਖਾ ਜਨਮ ਵਿਅਰਥ ਨਹੀਂ ਜਾਏਗਾ ਤੇਰਾ। ਕਾਮ ਕ੍ਰੋਧ ਲੋਭ ਮੋਹ ਮਨ ਲੀਨੋ, ਨਿਰਗੁਣ ਕੇ ਦਾ ਤਾਰੇ। ਹੇ ਪ੍ਰਭੂ, ਸਾਡੇ ਵਿੱਚ ਤਾਂ ਗੁਣ ਕੋਈ ਨਹੀਂ, ਤੂੰ ਫਿਰ ਵੀ ਦਾਤਾਂ ਦੇਣ ਵਾਲਾ ਹੈ। ਸਾਡਾ ਮਨ ਜਿਹੜਾ ਹੈ ਉਹ ਤਾਂ ਕਾਮ ਵਿੱਚ ਖੁੱਭਿਆ ਹੋਇਆ, ਕ੍ਰੋਧ ਵਿੱਚ ਖੁੱਭਿਆ ਹੋਇਆ, ਲੋਭ ਵਿੱਚ ਪਿਆ ਹੋਇਆ, ਮੋਹ ਵਿੱਚ ਲੀਨ ਹੋਇਆ ਪਿਆ, ਕਿ ਸਾਡਾ ਮਨ ਤਾਂ ਇੱਧਰ ਨੂੰ ਖੁੱਭਿਆ ਹੋਇਆ, ਕੀ ਕਰੀਏ? ਫਿਰ ਇੱਕੋ ਇੱਕ ਬਚਨ ਦਾ ਤਰੀਕਾ ਅਖੀਰ ਵਿੱਚ ਫਿਰ ਮਹਾਰਾਜ ਨੇ ਸਪਸ਼ਟ ਕੀਤਾ ਸਾਨੂੰ, ਕਰ ਕਿਰਪਾ ਆਪਣੋ ਨਾਮ ਦੀ ਜੈ,
ਨਾਨਕ ਸਦ ਬਲਿਹਾਰੇ। ਫਿਰ ਮਾਰੇ ਕਹਿੰਦੇ ਫਿਰ ਬੇਨਤੀ ਕਰ ਉਸ ਪਰਮਾਤਮਾ ਅੱਗੇ, ਉਸ ਵਾਹਿਗੁਰੂ ਅਕਾਲ ਪੁਰਖ ਅੱਗੇ ਕਿ ਹੇ ਸੱਚੇ ਪਾਤਸ਼ਾਹ ਜੀਓ, ਕਿਰਪਾ ਕਰੋ ਸਾਡੇ 'ਤੇ, ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ, ਆਪਣੇ ਗੁਣਾਂ ਨਾਲ ਸਾਡੀ ਸਾਂਝ ਪੈ ਜਾਏ ਤੁਹਾਡੇ ਨਾਲ। ਮੈਂ ਸਦਾ ਹੀ ਤੇਥੋਂ ਸਦਕੇ ਜਾਣਾ, ਬਲਿਹਾਰ ਜਾਣਾ, ਵਾਰੀ ਜਾਣਾ, ਘੋਲੀ ਜਾਣਾ, ਮੇਰਾ ਪਿਆਰ ਤੇਰੇ ਨਾਲ ਬਣਿਆ ਰਹੇ, ਇਹ ਕਿਰਪਾ ਕਰ ਸਾਡੇ 'ਤੇ। ਸਾਡਾ ਮਨ ਤੇ ਕਾਮ ਕ੍ਰੋਧ ਵਿੱਚ ਖੁੱਭਿਆ ਹੋਇਆ, ਤੁਸੀਂ ਕਿਰਪਾ ਕਰਕੇ ਇਸ ਮਨ ਨੂੰ ਆਪਣੇ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਆਣੇ।